ਪੁਲਤ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਦੇ ਵਿੱਚ ਮਾਨ ਸਰਕਾਰ ਨੇ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ। ਦੱਸਦੀ ਹੈ ਕਿ ਬੀਤੇ ਦਿਨ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਕਮੇਟੀਆਂ ਦੇ ਗਠਨ ਹੋਇਆ, ਜਿਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਕੁਐਸਚਨ ਐਂਡ ਰੈਫਰੈਂਸ ਕਮੇਟੀ ਦਾ ਮੈਂਬਰ ਬਣਾਇਆ ਗਿਆ ਤੇ ਉਧਰ ਹੀ ਰਾਣਾ ਗੁਰਜੀਤ ਨੂੰ ਲੋਕ ਲੇਖਾ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ। ਹੁਣ ਜਦੋਂ ਇਹ ਮੈਂਬਰ ਬਣੇ ਤਾਂ ਸਿਆਸਤ ਗਰਮਾ ਗਈ। ਸਿਆਸਤ ਇਸ ਕਰਕੇ ਗਰਮਾ ਗਈ ਕਿਉਂਕਿ ਇਹ ਸਵਾਲ ਖੜਾ ਹੋ ਗਿਆ ਕਿ ਰਾਣਾ ਗੁਰਜੀਤ ਦਾ ਨਾਮ ਲੋਕ ਲੇਖਾ ਕਮੇਟੀ ਦੇ ਲਈ ਕਿਸਨੇ ਅੱਗੇ ਕੀਤਾ ਤੇ ਸੁਖਪਾਲ ਸਿੰਘ ਖਹਿਰਾ ਦਾ ਨਾਮ ਕਿਉਂ ਨਹੀਂ ਅੱਗੇ ਕੀਤਾ ਗਿਆ। ਦੱਸ ਦਈਏ ਕਿ ਕੁਐਸਚਨ ਐਂਡ ਰੈਫਰੈਂਸ ਕਮੇਟੀ ਦੇ ਚੇਅਰਪਰਸਨ ਜਗਰੂਪ ਸਿੰਘ ਨੇ ਤੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਨਾਲ ਰਮਨ ਅਰੋੜਾ, ਅਸ਼ਵਨੀ ਸ਼ਰਮਾ, ਅਸ਼ੋਕ ਕੁਮਾਰ, ਗੁਰਲਾਲ ਸਿੰਘ, ਕੁੰਵਰ ਵਿਜੇ ਪ੍ਰਤਾਪ ਸਿੰਘ, ਇੰਦਰਜੀਤ ਕੌਰ ਵੀ ਕੁਐਸਚਨ ਐਂਡ ਰੈਫਰੈਂਸ ਕਮੇਟੀ ਦੇ ਵਿੱਚ ਸ਼ਾਮਲ ਨੇ, ਉਹ ਵੀ ਮੈਂਬਰ ਨੇ ਤੇ ਲੋਕ ਲੇਖਾ ਕਮੇਟੀ ਜਿਹੜੀ ਆ ਉਹ ਜ਼ਿਆਦਾ ਪਾਵਰਫੁਲ ਹੁੰਦੀ ਹੈ ਕੁਐਸਚਨ ਐਂਡ ਰੈਫਰੈਂਸ ਦੇ ਨਾਲ। ਉਹ ਤੇ ਇਸ ਲਈ ਇਹ ਸਵਾਲ ਖੜਾ ਹੋ ਰਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਵੀ ਸੀਨੀਅਰ ਆਗੂ ਨੇ, ਸੁਖਪਾਲ ਸਿੰਘ ਖਹਿਰਾ ਵਿਧਾਨ ਕਰ ਰਹੇ ਨੇ ਤੇ ਉਹਨਾਂ ਨੂੰ ਕਿਉਂ ਨਹੀਂ ਲੋਕ ਲੇਖਾ ਕਮੇਟੀ ਦੇ ਵਿੱਚ ਅੱਗੇ ਕੀਤਾ ਗਿਆ, ਉਹਨਾਂ ਨੂੰ ਕਿਉਂ ਨਹੀਂ ਸ਼ਾਮਲ ਕੀਤਾ ਗਿਆ। ਰਾਜਨੀਤੀ ਜੋ ਸੰਬੰਧ ਨੇ ਸੁਖਪਾਲ ਸਿੰਘ ਖਹਿਰਾ ਤੇ ਰਾਣਾ ਗੁਰਜੀਤ ਦੇ, ਉਹ ਤਾਂ ਸਭ ਨੂੰ ਹੀ ਪਤਾ ਹੈ ਕਿ ਕਾਫੀ ਤਿੱਖੇ ਵਾਰ ਕਰਦੇ ਨੇ ਇੱਕ ਦੂਜੇ ਦੇ ਉੱਤੇ, ਕੋਈ ਮੌਕਾ ਨਹੀਂ ਛੱਡਦੇ ਤੇ ਰਾਜਨੀਤਿਕ ਸੰਬੰਧ ਕੁਝ ਇਹਨਾਂ ਦੇ ਠੀਕ ਨਹੀਂ ਨੇ। ਇਸ ਕਰਕੇ ਸਵਾਲ ਜ਼ਿਆਦਾ ਖੜਾ ਹੋ ਰਿਹਾ ਕਿ ਰਾਣਾ ਗੁਰਜੀਤ ਨੂੰ ਅੱਗੇ ਕਰ ਦਿੱਤਾ ਗਿਆ ਤੇ ਸੁਖਪਾਲ ਸਿੰਘ ਖਹਿਰਾ ਨੂੰ ਪਿੱਛੇ ਕਿਉਂ ਕੀਤਾ। ਹੁਣ ਸਵਾਲ ਇਹ ਵੀ ਹੁੰਦਾ ਹੈ ਕਿ ਰਾਣਾ ਗੁਰਜੀਤ ਦਾ ਨਾਮ ਅੱਗੇ ਕਿਸਨੇ ਰੱਖਿਆ, ਕਾਂਗਰਸ ਨੇ ਖੁਦ ਕੀਤਾ ਜਾਂ ਮਾਨ ਸਰਕਾਰ ਨੇ ਚਾਹਿਆ ਜਾਂ ਫਿਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਹ ਨਾਮ ਖੁਦ ਚੁਣੇ ਨੇ। ਇਹ ਸਵਾਲ ਹੀ ਹੈ ਕਿ ਕਿਸਨੇ ਅੱਗੇ ਨਾਮ ਕੀਤਾ ਤੇ ਇਹ ਵੀ ਇੱਕ ਕਾਰਨ ਦੱਸਿਆ ਜਾ ਰਿਹਾ ਹੈ। ਇਹ ਸੂਤਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਰਾਣਾ ਗੁਰਜੀਤ ਸਿੰਘ ਕਾਂਗਰਸ ਨੂੰ ਸਾਰੀਆਂ ਖਬਰਾਂ ਦਿੰਦੇ ਨੇ ਸੁਖਪਾਲ ਸਿੰਘ ਖਹਿਰਾ ਬਾਰੇ ਵੀ ਤੇ ਹੋਰ ਵੀ ਗੱਲਾਂ ਦੱਸਦੇ ਨੇ, ਇਸ ਕਰਕੇ ਉਹਨਾਂ ਦਾ ਨਾਮ ਅੱਗੇ ਰੱਖਿਆ ਹੋਵੇ ਤੇ ਇਸ ਕਰਕੇ ਰਾਣਾ ਗੁਰਜੀਤ ਨੂੰ ਜ਼ਿਆਦਾ ਪਾਵਰਫੁਲ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੋਵੇ ਸੁਖਪਾਲ ਸਿੰਘ ਖਹਿਰਾ ਦੇ ਨਾਲੋਂ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।